ਇਹ ਮਜ਼ੇਦਾਰ ਐਕਸਪੈਰੀਮੈਂਟ ਬਹੁਤ ਹੀ ਸਿੰਪਲ ਚੀਜ਼ਾਂ ਦੀ ਵਰਤੋਂ ਨਾਲ ਕੀਤਾ ਜਾ ਸਕਦਾ ਹੈ ਤੁਹਾਨੂੰ ਲੋੜ ਹੈ ਇੱਕ ਪਲੇਟ ਇੱਕ ਗਲਾਸ ਕੁਝ ਮੋਮਬੱਤੀਆਂ ਅਤੇ ਇੱਕ ਮਾਚਿਸ ਦੀ ਡੱਬੀ ਦੀ ਇੱਕ ਪਲੇਟ ਵਿੱਚ ਜਲਦੀ ਹੋਈ ਮੋਮਬੱਤੀ ਰੱਖੋ ਅਤੇ ਰੰਗीन ਪਾਣੀ ਨੂੰ ਉਸ ਪਲੇਟ ਵਿੱਚ ਪਾਓ ਹੁਣ ਇਸ ਇੱਕ ਗਲਾਸ ਲਓ ਅਤੇ ਉਸ ਨੂੰ ਉਲਟਾ ਕਰਕੇ ਮੋਮਬੱਤੀ ਉੱਪਰ ਰੱਖੋ ਜਿਵੇਂ ਕਿ ਤੁਸੀਂ ਸੋਚ ਸਕਦੇ ਹੋ ਮੋਮਬੱਤੀ ਆਕਸੀਜਨ ਦੀ ਵਰਤੋਂ ਕਰੇਗੀ ਅਤੇ ਜਿਸ ਕਰਕੇ ਗਲਾਸ ਵਿੱਚ ਵੈਕਿਊਮ ਬਣੇਗਾ ਅਤੇ ਪਾਣੀ ਉੱਪਰ ਜਾਣ ਲੱਗ ਜਾਵੇਗਾ ਹੁਣ ਇਸ ਉਚਾਈ ਨੂੰ ਮਾਪਣ ਲਈ ਇੱਕ ਰਬੜ ਬੈਂਡ ਦੀ ਮਦਦ ਨਾਲ ਗਲਾਸ ਉੱਪਰ ਨਿਸ਼ਾਨ ਲਗਾ ਲਵੋ ਤੁਸੀਂ ਸੇਮ ਐਕਸਪੈਰੀਮੈਂਟ ਇੱਕ ਦੀ ਬਜਾਏ ਦੋ ਮੋਮਬਤੀਆਂ ਨਾਲ ਵੀ ਕਰ ਸਕਦੇ ਹੋ ਦੋ ਜਲਦੀਆਂ ਹੋਈਆਂ ਮੋਮਬਤੀਆਂ ਉੱਪਰ ਇੱਕ ਗਲਾਸ ਨੂੰ ਉਲਟਾ ਕਰਕੇ ਰੱਖੋ ਤੇ ਇਸ ਵਾਰ ਜਿਵੇਂ ਕਿ ਤੁਸੀਂ ਉਮੀਦ ਕਰਦੇ ਹੋ ਦੋ ਮੋਮਬਤੀਆਂ ਜ਼ਿਆਦਾ ਆਕਸੀਜਨ ਵਰਤਣਗੀਆਂ ਇਸ ਕਰਕੇ ਪਾਣੀ ਪਿਛਲੀ ਵਾਰ ਨਾਲੋਂ ਜ਼ਿਆਦਾ ਉੱਪਰ ਜਾਏਗਾ ਇਸ ਉਚਾਈ ਉੱਤੇ ਵੀ ਇੱਕ ਇੱਕ ਰਬੜ ਬੈਂਡ ਦੀ ਮਦਦ ਨਾਲ ਨਿਸ਼ਾਨ ਲਗਾ ਲਵੋ उन सेम एक्सपेरिमेंट तीन मोमबत्तियों करो तीन मोमबत्तियों उपर एक ग्लास में उल्टा करके रखो तो जिमें तुसी सोच सकते हो पानी इस बार होर भी उपर जाएगा पानी बिल्कुल इसे करके उपर जा रहा है क्योंकि जल्दी ही मोमबत्ती ऑक्सीजन हैं, जिस करके पान गिलास अंदर वैक्यूम बनता है पानी उपर खिंचा है पर कि इस पिछे कोई होर कारण भी है